ਫਿਰੋਜ਼ਪੁਰ ਤੋਂ ਬਾਦਲ ਪਰਿਵਾਰ ਵੱਲੋਂ ਚੋਣ ਲੜਨ ਦੇ ਐਲਾਨ 'ਤੇ ਆਮ ਆਦਮੀ ਪਾਰਟੀ ਨੇ ਚੁਟਕੀ ਲਈ ਹੈ। ਪੰਜਾਬ ਪ੍ਰਧਾਨ ਭਗਵੰਤ ਮਾਨ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੂੰ ਕਿਸੇ ਵੀ ਹਲਕੇ 'ਚ ਜਥੇਦਾਰ ਜਾਂ ਟਕਸਾਲੀ ਨਜ਼ਰ ਆਉਂਦੇ, ਇਸ ਕਰਕੇ ਉਹ ਟਿਕਟਾਂ ਆਪਣੇ ਕੋਲ ਹੀ ਰੱਖਦੇ ਹਨ। ਲੰਬੀ ਤਾਂ ਹੋ ਗਈ ਨਾ, ਕਾਂਗਰਸ ਨਾਲ ਗੱਲ ਚੱਲਦੀ ਸੀ ਕਿ ਤੁਸੀਂ ਸਾਨੂੰ ਵੀ ਕੈਂਡੀਡੇਟ ਦਿਓ ਬਠਿੰਡਾ ਅਤੇ ਫਿਰੋਜ਼ਪੁਰ, ਸੋ ਇਸ ਕਰਕੇ ਉਹਨਾਂ ਨੇ ਫਿਰ ਅਕਾਲੀ ਦਲ ਨੇ ਵੀ ਕੈਂਡੀਡੇਟ ਦਿੱਤਾ ਹੈ ਪਟਿਆਲੇ ਤੋਂ, ਉਹੀ ਜਿਵੇਂ 2017 'ਚ ਹੋਇਆ ਸੀ। ਸੋ ਤਾਂ ਕਰਕੇ ਲੰਬਾ ਹੋ ਗਿਆ ਜਿਹੜਾ ਉਡੀਕ ਦਾ ਸਮਾਂ, ਕਿਉਂਕਿ ਕਾਂਗਰਸ ਨਾਲ ਗੱਲਬਾਤ ਕਰਕੇ ਫਿਰ ਦੁਬਾਰਾ ਆਏ ਨੇ। ਹੁਣ ਦੋਨੋਂ ਪਤੀ ਪਤਨੀ ਆ ਗਏ ਮਿਲਾਨ 'ਚ, ਇੱਥੋਂ ਢੀਂਡਸੇ ਦਾ ਮੁੰਡਾ, ਮਤਲਬ ਇਹ ਪਰਿਵਾਰਵਾਦ 'ਚ ਹੀ ਹੈ ਜੀ। ਤਾਂ ਕਿਸੇ ਵਲੰਟੀਅਰ ਜਾਂ ਜਥੇਦਾਰ ਨੂੰ ਟਿਕਟ ਨਹੀਂ ਮਿਲ ਸਕਦੀ, ਇਹ ਤਾਂ ਆਪਣੇ ਟੱਬਰ 'ਚ ਰੱਖਦੇ ਸਾਰਾ ਕੁਛ।